ਸਟੇਟ ਬੈਂਕ ਆਫ ਇੰਡੀਆ, ਇੱਥੇ ਆ ਸਟੇਟ ਬੈਂਕ ਆਫ ਯੂਕੇ। ਯੂਕੇ ਦੀ ਬੈਂਕ ਹੈਗੀ ਬਾਈ। ਹੁਣ ਇਹ ਸਿਸਟਮ ਪਤਾ ਨਹੀਂ ਮੈਨੂੰ ਲੱਗਾ ਨਹੀਂ ਸਮਝ ਨਹੀਂ ਵੀ ਹੈ ਕੀ ਆ। ਲੱਗਦਾ ਪੂਰਾ ਵੀ ਦਿਨ ਚੜ੍ਹਿਆ ਪੂਰਾ। ਲਓ ਮਿੱਤਰੋ, ਦੇਸਾਂ ਰਾਜਾ ਜਾ ਰਿਹਾ ਹੁਣ ਮਾਰਕੀਟ ਦੇ ਵਿੱਚ, ਅਤੇ ਟਾਈਮ ਪੂਰੇ ਰਾਤ ਦੇ 7 ਵੱਜ ਗਏ ਆ। ਪਹਿਲਾਂ ਮੈਂ ਕੰਮ ਤੋਂ ਆਇਆ ਸੀ, ਅਤੇ ਕੰਮ ਤੋਂ ਆ ਕੇ ਮੈਂ ਸੌਂ ਗਿਆ। ਫਿਰ ਮੈਂ ਹੁਣ ਮੈਂ ਜਾਣਾ ਮਾਰਕੀਟ, ਮੈਂ ਚਲੋ ਅੱਜ ਰਾਤ ਨੂੰ ਵਲੌਗ ਸ਼ੁਰੂ ਕਰਦੇ ਹਾਂ। ਅੱਗੇ ਆਪਾਂ ਦਿਨੇ ਕਰਦੇ ਹਾਂ ਵਲੌਗ ਸ਼ੁਰੂ, ਅੱਜ ਰਾਤ ਨੂੰ ਕਰਦੇ ਹਾਂ, ਅਤੇ ਤੁਹਾਨੂੰ ਆਪਾਂ ਵਿਖਾਵਾਂਗੇ ਰਾਤ ਦਾ ਵਿਊ। ਸਾਊਥ ਆ ਲੰਡਨ ਦਾ, ਜਿਹੜਾ ਰਾਤ ਦਾ ਵਿਊ ਕਿੱਦਾਂ ਦਾ। ਰਾਤ ਦਾ ਵਿਊ ਖੈਰ ਵਧੀਆ ਹੁੰਦਾ, ਅਤੇ ਠੰਡ ਥੋੜ੍ਹੀ ਜਿਹੀ ਹੈਗੀ ਆ। ਛਤਰੀ ਮੈਂ ਤਾਂ ਫੜੀ ਨਾਲ, ਮਾੜੀ ਜਿਹੀ ਭੂਰ ਜਿਹੀ ਪੈਂਦੀ ਸੀਗੀ ਪਰ ਹੁਣ ਹਟ ਗਈ ਆ। ਫਿਰ ਵੀ ਆਪਾਂ ਮੌਕੇ ਦਾ ਹਥਿਆਰ ਨਾਲ ਜ਼ਰੂਰ ਰੱਖਿਆ ਸੀ। ਅਤੇ ਤੁਹਾਨੂੰ ਕੋਲ ਪਾਉਣਿਆ ਰਾਤ ਦਾ ਵਿਊ ਸਾਊਥ ਹਾਲ ਦਾ ਅਤੇ ਬਰੋਡਵੇ ਦਾ, ਜਿੱਥੇ ਪੂਰੀ ਰਾਤ ਨੂੰ ਉਹ ਬੜਾ ਸੌ ਰੌਣਕ ਪੂਰੀ ਹੁੰਦੀ ਆ। ਚਲੋ ਵੀ ਜੁੜੇ ਰਹਿਣਾ ਤੁਸੀਂ ਇਸ ਵਲੌਗ ਦੇ ਵਿੱਚ। ਵੈਸੇ ਵੀਡੀਓ ਦੇ ਵਿੱਚ ਐਂ ਲੱਗਦਾ ਵਾ ਵੀ ਚਾਨਣਾ, ਪਰ ਹਨੇਰਾ ਹੋ ਗਿਆ, ਟਾਈਮ 7 ਵਜੇ ਦਾ, ਮੂੰਹ ਹਨੇਰਾ ਜਿਹਾ ਹੋ ਗਿਆ ਪੂਰਾ। ਅਤੇ ਦੇਖਣ ਜਾਣਾ ਤਾਂ ਵੀ ਕਲੀਅਰ ਆ ਵੀ ਥੋੜ੍ਹਾ ਦਿਨ ਖੜ੍ਹਾ ਵਾ, ਪਰ ਤੁਸੀਂ ਆ ਲਾਈਟਾਂ ਦੇ, ਸਟਰੀਟ ਲਾਈਟਾਂ ਦੇਖ ਸਕਦੇ ਚੱਲਦੀਆਂ ਪਈਆਂ। ਰਾਤ ਨੂੰ ਲਾਈਟਾਂ ਇੱਦਾਂ ਜਗ ਜਮਾਉਂਦੇ ਰਹਿੰਦੀਆਂ। ਇਹ ਸਾਊਥ ਹਾਲ ਦਾ ਪਿੰਡ ਹੈ, ਸਾਊਥ ਹਾਲ ਦਾ ਪਿੰਡ ਆ। ਵੈਸੇ ਤੁਹਾਨੂੰ ਲੱਗਦਾ ਨਾ ਵੀ ਦਿਨ ਦੇਣਾ, ਪਰ ਨਹੀਂ, ਹਨੇਰਾ ਹੈਗਾ, 7 ਵੱਜ ਗਏ ਆ। ਇੱਥੇ ਲੱਗਦਾ ਪੂਰਾ ਵੀ ਦਿਨ ਚੜ੍ਹਿਆ ਪੂਰਾ। ਪਤਾ ਨਹੀਂ ਮੋਬਾਈਲ ਦੀ ਜਿਹੜੀ ਕਲੈਰਿਟੀ, ਮਤਲਬ ਕੈਮਰੇ ਦੀ ਵਧੀਆ, ਐਚ ਡੀ ਫੁੱਲ ਹੈ। ਪਤਾ ਨਹੀਂ ਵਿਊ ਲਾਈਟਾਂ ਦੇ ਕਰਕੇ ਆ, ਇੱਦਾਂ ਘੈਂਟ ਵਿਊ ਆ ਰਿਹਾ ਇਹ ਰੱਬ ਜਾਣੇ ਹੁਣ ਕਿੱਦਾਂ ਵਿਊ ਆ ਰਿਹਾ। ਵਿਊ ਖੈਰ ਵਧੀਆ ਆ ਰਿਹਾ ਇੱਥੇ, ਰਾਤ ਦਾ ਵਿਊ ਹੈ। ਅੱਗੇ ਆਪਾਂ ਦਿਨੇ ਵਲੌਗ ਬਣਾਉਂਦੇ ਸੀ, ਹੁਣ ਆਪਾਂ ਰਾਤ ਨੂੰ ਵਲੌਗ ਬਣਾਇਆ ਸਟਾਰਟ ਕੀਤਾ ਜੀ ਆਪਾਂ। ਮੁਰੰਮਤ ਕਰ ਰਹੇ ਜੋ ਕੋਈ ਪ੍ਰੋਬਲਮ ਹੋਣੀ ਹੈ, ਇਸ ਕਰਕੇ ਉਹਨਾਂ ਨੇ ਸਪੈਸ਼ਲੀ ਤਰਨੌਲਾ ਵਾਸਤੇ ਰਸਤਾ ਬਣਾਇਆ ਅਤੇ ਸਾਈਡ ਤੋਂ ਸੜਕ ਕੋਈ ਹੋਣੀ ਪ੍ਰੋਬਲਮ, ਸਪੈਸ਼ਲ ਤਰਨੌਲੇ ਵਾਸਤੇ ਉਹਨਾਂ ਨੇ ਬਣਾਇਆ ਵਾ। ਸਟਾਰਟ ਹੈਗਾ ਵਾ ਫਿਰ ਉੱਥੋਂ ਬਰੋਡਵੇ। ਮਿੱਤਰੋ ਬਰੋਡਵੇ ਸ਼ੁਰੂ ਹੈ, ਇੱਥੇ ਹੁਣ ਰੌਣਕ ਪੂਰੀ ਹੈ। ਇਹ ਚੌਰਸਤਾ ਹੈ, ਹੁਣ ਥੋੜ੍ਹਾ ਵੱਡੀ ਵੀ ਪਤਾ ਲੱਗੂਗਾ। ਇਹ 1905 ਦੀ ਮਾਰਤ ਆ ਸਾਹਮਣੇ, ਮੀਂਹ ਹੁਣੇ ਪੈ ਗਿਆ ਡਿਆ, ਤਾਂ ਹੀ ਗਿੱਲਾ ਫਰਸ਼ ਵੀ ਅਤੇ ਸੜਕ ਵੀ। ਟਾਪ 'ਚ ਦੇਖੀ ਦੇਖੀ ਆ,
ਇੰਡੀਆ ਹੀ ਦੇਖੀ ਆ, ਸਟੇਟ ਬੈਂਕ ਆਫ ਇੰਡੀਆ। ਇੱਥੇ ਆ ਸਟੇਟ ਬੈਂਕ ਆਫ ਯੂਕੇ, ਯੂਕੇ ਦੀ ਬੈਂਕ ਹੈਗੀ ਬਈ, ਦੇਖੋ ਤੁਸੀਂ। ਤਕਰੀਬਨ ਇੱਥੇ ਨਾ ਸਾਰੀਆਂ ਪੰਜਾਬੀ ਬੈਂਕਾਂ 'ਚ ਤਕਰੀਬਨ ਹੈਗੀਆਂ ਹੈਗੀਆਂ। ਪੰਜਾਬ ਨੈਸ਼ਨਲ ਬੈਂਕ ਵੀ ਆ, ICICI ਬੈਂਕ ਵੀ ਆ, ਮਿੱਤਰੋ। ਹੁਣ ਸਟਾਰਟ ਆ ਬਰੋਡ ਦੇ, ਇਹ ਸਾਰਾ ਹੀ ਆ। ਆਹ ਰੋਡ ਹੈ ਗੁਰਦੁਆਰਾ ਸਾਹਿਬ ਦਾ, ਇੱਧਰ ਤਕਰੀਬਨ ਤੁਹਾਨੂੰ ਪੰਜਾਬੀ ਵੈਸੇ ਸਾਰੇ ਥਾਂ ਮਿਲਣਗੇ, ਜੇ ਬੋਰਡ ਹੀ ਤੁਹਾਨੂੰ ਪੰਜਾਬੀ ਮਿਲਣਗੇ। ਲਓ ਜੀ ਬੈਂਕ ਆਫ ਯੂਕੇ, ਪੰਜਾਬੀ ਨਾਨ। ਮੈਨੂੰ ਨਾ ਹੁਣ ਕਿਸੇ ਬੰਦਾ ਮਿਲਿਆ ਅਤੇ ਮੈਨੂੰ ਉਹਦਾ ਵੀ ਹੈੱਡਫੋਨ ਲੈਣੇ ਐਪਲ ਦੇ, ਅਤੇ ਉਹ ਹੁੰਦੇ ਆ ਡੁਪਲੀਕੇਟ ਹੀ ਆ। ਮੈਂ ਕਿੰਨੇ ਦੇ ਆ, ਅਤੇ ਮੈਨੂੰ ਕਹਿੰਦਾ ਵੀ £80 ਦੇ, ਮੈਨੂੰ ਕਹਿੰਦਾ £80 ਦੇ ਆ। ਮੈਂ ਕਿਹਾ ਮੈਂ ਨਹੀਂ ਲੈਂਦਾ ਡੁਪਲੀਕੇਟ, ਕਹਿੰਦਾ ਤੂੰ ਕਿੰਨੇ ਦਿੰਦਾ ਵਾ। ਮੈਂ ਕਿਹਾ ਮੈਂ ਦਿੰਦਾ £20, ਕਹਿੰਦਾ ਓਕੇ ਲਿਆ ਪੈਸੇ। ਮੇਰਾ ਫਿਰ ਵੀ ਮਨ ਵੱਜਿਆ ਕਿ ਹੈ ਤਾਂ ਡੁਪਲੀਕੇਟ ਆ, £20 ਕਾਹਦਾ ਲਾਉਣੇ ਆ, 70-80 ਦੇ 100 ਦੇ ਨਵੇਂ ਹੀ ਆਏ ਨੇ ਆ। ਫਿਰ ਮੈਨੂੰ ਕਹਿੰਦਾ ਘੜੀ ਲੈਣੀ ਆ, ਮੈਂ ਕਿਹਾ ਨਾ, ਕਹਿੰਦਾ ਲੈਣੀ ਦੱਸ। ਮੈਂ ਕਿਹਾ ਲੈਣੀ ਨਹੀਂ ਬਾਈ, ਡੁਪਲੀਕੇਟ ਰੱਖੀ ਬੈਠੇ ਆ, ਪਤਾ ਨਹੀਂ ਕਿੱਥੋਂ ਲਿਆਉਂਦੇ ਡੁਪਲੀਕੇਟ ਸਾਰਾ ਮਾਲ ਇਹਨਾਂ ਕੋਲ, ਇਸ ਕਰਕੇ ਬਚੋ ਉਹਨਾਂ ਦਾ ਜਿੰਨਾ ਬਚ ਹੁੰਦਾ। ਲਓ ਮਿੱਤਰ, ਬਾਰਿਸ਼ ਫਿਰ ਹੋਣ ਲੱਗ ਪਈ ਆ, ਗੁੱਸੇ ਹੋ ਗਈ ਹੁਣ, ਗੁੱਸੇ ਹੋ ਗਈ ਸਾਡੇ ਨਾਲ, ਇਹਨਾਂ ਨੇ ਅੱਖਾਂ ਦੇ ਤਰ ਲਿਆ ਹੱਥ, ਗੁੱਸੇ ਹੋ ਗਈਆਂ ਕਿਉਂ, ਕੀ ਹੋਇਆ ਤੈਨੂੰ? ਉਹ ਮੰਮੀ ਆ ਗਈ ਵੀ ਤੇਰੀ, ਚਲਾ ਚਲੀਏ ਚਲਾ ਚਲੀਏ। ਇਹ ਹੁਣ ਪੂਰਾ ਗੁੱਸੇ ਹੋਣੇ ਨੇ, ਐਂ ਗੱਲ ਹੈ, ਗੁੱਸੇ ਹੋ ਜਾਂਦੀ ਇਹਨੂੰ, ਐਵੇਂ ਮੈਂ ਦੇਖਾਂ ਨਾ ਕਿਹਨੂੰ। ਚਲਾ ਚਲੀਏ ਚਲਾ ਜਾ, ਆ ਜਾ, ਲੈ ਕੀ ਆਈ, ਚਲਾ ਚਲੀਏ। ਨਹੀਂ ਬਈ ਗੁੱਸੇ ਆ, ਜਾਣਾ ਕਿ ਨਹੀਂ, ਫਿਰ ਚੱਲੀਏ ਅਸੀਂ, ਨਹੀਂ ਚੱਲੇ ਫਿਰ, ਆ ਜਾ ਫਿਰ, ਆ ਚਲੀਏ, ਚਲਾ ਜਾ, ਆ ਜਾ, ਆ ਜਾ। ਤੁਹਾਨੂੰ ਉਹ ਜਾਣਾ ਹੋਵੇ ਕਾਕੇ ਝੂਟ ਲੈਣ ਦੇ ਨਾ, ਹੋਵੇ ਕਾਕੇ ਝੂਟ ਲੈਣ ਦੇ ਆ, ਉਹ ਜਾਣਾ ਆਪਾਂ ਉੱਥੇ, ਆਵੇ ਤੂੰ, ਆਪਾਂ ਨੂੰ ਕਾਕੇ ਕੋਲ ਜਾਣਾ, ਹੋਵੇ ਕਾਕੇ ਝੂਟ ਲੈਣ ਦੇ ਨਾ, ਆਪਾਂ ਉੱਥੇ ਜਾਣਾ ਵਾ ਕਾਕੇ ਕੋਲ, ਚੱਲੀਏ ਕਾਕੇ ਕੋਲ, ਹਾਂ ਕਾਕੇ ਝੂਟ ਲੈਣ ਦੇ ਪੁੱਤ। ਤੂੰ ਕਿੱਥੇ ਆ, ਉਹ ਹੋਏ ਕਾਕੇ ਝੂਟ ਲੈਂਦੇ ਆ। ਲਓ ਮਿੱਤਰੋ, ਪਾਰਕ 'ਚ ਆਏ ਹਾਂ, ਅਤੇ ਚਲ ਆਪਾਂ ਸਮਰੀਤ ਨੂੰ ਬਿਠਾਤਾ, ਉਹ ਝੂਲੇ ਲੈਣ ਲੱਗ ਪਈ, ਆਪਾਂ ਥੋੜ੍ਹਾ ਮੋਟਾ ਗੇੜਾ ਪੂਰਾ ਕੱਢ ਲੈਂਦੇ ਹਾਂ। ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ, ਆਹ ਸਿਸਟਮ ਕੀ ਆ, ਆਹ ਤੁਹਾਨੂੰ ਦਿਖਾਉਣਾ, ਆਪਾਂ ਤੁਹਾਨੂੰ ਦਿਖਾਉਣੀ ਸਿਸਟਮ, ਪਤਾ ਨਹੀਂ ਮੈਨੂੰ ਲੱਗਾ ਨਹੀਂ ਸਮਝ ਨਹੀਂ ਵੀ ਇਹ ਹੈ ਕੀ ਆ, ਕੀ ਪਤਾ ਨਹੀਂ ਕੀ ਸਿਸਟਮ ਆ ਯਾਰ ਇਹ, ਸ਼ਾਇਦ ਮਤਲਬ
ਚੜ੍ਹ ਕੇ ਦੇਖਦੇ ਹਾਂ ਆਪਾਂ ਪੰਗੇ ਲੈ ਕੇ। ਮਿੱਤਰਾ ਅੱਛਾ ਚੜ੍ਹਨ ਵਾਸਤੇ ਆ, ਅੱਛਾ ਬੱਚਿਆਂ ਦਾ ਇਹ, ਅੱਛਾ ਬੱਚਿਆਂ ਦਾ ਇਹ ਕਹਿੰਦਾ ਲੈ ਲਾ ਚੜ੍ਹ ਕੇ ਆਪਾਂ। ਅੱਛਾ ਬੱਚਿਆਂ ਬੁੱਚਿਆਂ ਦਾ ਇਹ, ਬੱਚਿਆਂ ਦਾ ਕੰਮ ਸਿਆਣਿਆਂ ਨੇ ਕੀ ਕਰਨਾ ਇੱਥੇ, ਡੈਗਣਾ ਪਵਾਂ ਹੈ ਖੇਡਣ ਫੁੱਟਣ ਨਾਲ। ਇਹ ਗਾਲ ਨਹੀਂ ਸਮਝ ਆਈ ਵੀ ਆਹ ਸਿਸਟਮ ਕੀ ਹੈ, ਇਹ ਕਿਹਦੀ ਸਮਝ ਨਹੀਂ ਆਈ। ਗੋਰਿਆਂ ਦੇ ਕੰਮ ਪਤਾ ਨਹੀਂ ਕਿਹੋ ਜਿਹੇ, ਸਮਝ ਨਹੀਂ ਆਉਂਦੀ ਆਹ ਕੀ ਹੈ। ਹਾਂ ਆਪਾਂ ਨੂੰ ਪਤਾ ਹੀ ਆ, ਇੱਥੋਂ ਬੈਠ ਕੇ ਆਪਾਂ ਉੱਥੇ ਬੈਠਣਾ ਅਤੇ ਉੱਥੇ ਜਾਣਾ ਆਪਾਂ। ਹੁਣ ਆਪਾਂ ਇੱਥੇ ਕਰਦੇ ਹਾਂ ਸੈਰ ਅਤੇ ਝੂਟਾ ਲੈਂਦੇ ਹਾਂ। ਵੇਖੋ ਪਾਰਕ ਆ ਗਈ ਪੂਰੀ, ਵੇਖੋ ਮਸਤੀ ਕਰਨ ਲੱਗ ਪਈ ਹੈ ਇਹ। ਹੁਣ ਵਿਆਹ ਜਿੰਨਾ ਚਾਅ ਚੜ੍ਹ ਗਿਆ ਪਾਰਕ ਵਿੱਚ ਆ ਕੇ, ਹੈਨਾ ਨੱਚ ਨੱਚ ਚੱਲ ਭੱਜ, ਪੂਰੀ ਖੁਸ਼ ਆ ਗਈ ਪਾਰਕ ਆ ਕੇ ਮਿੱਤਰੋ, ਇਹ ਪੂਰੀ ਖੁਸ਼ ਆ ਪਾਰਕ ਆ ਗਈ ਨਾ। ਬੱਬੋ ਬਾਏ ਕਰ, ਸਾਰਿਆਂ ਨੂੰ ਬਾਏ ਕਰਦੇ, ਇੱਧਰ ਇੱਧਰ ਆਵੇ, ਇੱਧਰ ਮੋਬਾਇਲ ਆਵੇ, ਇੱਧਰ ਮੋਬਾਇਲ ਪੁੱਤ ਆਵੇ, ਬਾਏ ਕਰਦੇ। ਵੇਖੋ ਪਾਰਕ ਨਾ ਬਾਬੇ ਪੂਰੀ ਖੁਸ਼ ਹੈ, ਬੱਚਿਆਂ ਨੂੰ ਖੁਸ਼ ਹੁੰਦਾ, ਘਰੇ ਬੰਦਾ ਬੋਰ ਹੋ ਜਾਂਦਾ, ਇੱਥੇ ਖੁੱਲ੍ਹਾ ਖੇਡਦੀ ਹੈ ਵਧੀਆ ਨਜ਼ਾਰਾ। ਪਾਰਕ ਖੈਰ ਬਹੁਤ ਵੱਡੀ ਆ,